ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਇੱਕ ਮੀਟਿੰਗ ਵਾਰਡ ਨੰਬਰ 63 ਵਿਖੇ ਆਯੋਜਿਤ ਕੀਤੀ ਗਈ। ਵਿਧਾਨ ਸਭਾ ਹਲਕਾ ਦਕਸ਼ਿਣ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਉਚੇਚੇ ਤੌਰ ਤੇ ਮੌਜੂਦ ਸਨ ਅਤੇ ਉਹਨਾਂ ਵਾਰਡ ਦੇ ਅਕਾਲੀ ਵਰਕਰਾਂ ਨੂੰ ਸੰਬੋਧਨ ਕੀਤਾ। ਸੰਗਠਨ ਦੇ ਕਈ ਵਿਸ਼ਿਆਂ ਤੇ ਚਰਚਾ ਕੀਤੀ ਗਈ। SGPC ਮੈਂਬਰ ਰਜਿੰਦਰ ਸਿੰਘ ਮਹਿਤਾ, ਸਾਬਕਾ ਕੌਂਸਲਰ ਅਮਰਬੀਰ ਸਿੰਘ ਡੋਟ ਨੇ ਵੀ ਵਿਚਾਰ ਸਾਂਝੇ ਕੀਤੇ। ਕਈ ਅਕਾਲੀ ਨੇਤਾ ਇਸ ਮੀਟਿੰਗ 'ਚ ਸ਼ਾਮਲ ਸਨ। ਅੱਜ ਵਾਰਡ ਨੰਬਰ 63 ਦੇ ਵਿੱਚ ਸਰਦਾਰ ਅਮਰਬੀਰ ਸਿੰਘ ਢੋਟ ਜੀ ਉਹਨਾਂ ਨੇ ਇੱਕ ਜਿਹੜੀ ਪਬਲਿਕ ਮੀਟਿੰਗ ਕਰਾਈ ਆ, ਬੜੀ ਪ੍ਰਭਾਵਸ਼ਾਲੀ ਮੀਟਿੰਗ ਕਰਾਈ, ਕਿਉਂਕਿ ਅਸੀਂ ਇਸ ਹਲਕੇ ਦੇ ਵਿੱਚ ਹਰ ਹਫ਼ਤੇ ਦੋ ਤਿੰਨ ਮੀਟਿੰਗਾਂ ਜਿਹੜੀਆਂ ਵਾਰਡ ਵਾਈਜ਼ ਕਰ ਰਹੇ ਹਾਂ, ਔਰ ਬੜਾ ਸਾਨੂੰ ਜਿਹੜਾ ਭਰਵਾ ਹੁੰਗਾਰਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਮਿਲ ਰਿਹਾ, ਔਰ ਤੁਸੀਂ ਵੇਖਿਆ ਹੀ ਇੱਥੇ ਅੱਜ ਵੱਡੀ ਗਿਣਤੀ ਦੇ ਵਿੱਚ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ ਵੀਰ ਸਾਰੇ ਇਕੱਠੇ ਹੋਏ ਨੇ, ਔਰ ਅਸੀਂ 2019 ਦਾ ਸਮਝੋ ਜਿਹੜਾ ਬਿਗਲੋ ਵਜਾ ਦਿੱਤਾ। ਪਾਰਟੀ ਜਿਹੜਾ ਵੀ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ BJP ਦਾ ਆਊਗਾ, ਇਸ ਹਲਕੇ ਦੇ ਵਿੱਚੋਂ, ਦੱਖਣੀ ਹਲਕੇ ਦੇ ਵਿੱਚੋਂ ਉਹਨੂੰ ਵੱਡੀ ਲੀਡ ਦੇ ਨਾਲ ਜਿਤਾਵਾਂਗੇ। ਲੋਕ ਆਪ ਤੱਤਪਿਆਰ ਤਿਆਰ ਬੈਠੇ ਆ ਕਿ ਕੋਈ ਨਾ ਕੋਈ ਇਲੈਕਸ਼ਨ ਆਵੇ ਅਤੇ ਇਹਨਾਂ ਜਿਹੜੇ ਝੂਠ ਮਾਰ ਕੇ ਸਰਕਾਰ ਬਣਾਈ ਆ ਇਹਨਾਂ ਨੂੰ ਫਿਰ ਉਸੇ ਤਰ੍ਹਾਂ ਸਬਕ ਸਿਖਾ ਦਈਏ। ਜਦੋਂ ਦੇ ਸਰਦਾਰ ਤਲਬੀਰ ਸਿੰਘ ਗਿੱਲ ਜੀ ਇਸ ਹਲਕੇ ਦੇ ਇੰਚਾਰਜ ਬਣੇ ਹਨ, ਲੋਕਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਲੋਕਾਂ ਦੇ ਵਿੱਚ ਬਹੁਤ ਹੀ ਕਰੇਜ਼ ਆ ਕਿ ਕਿਉਂਕਿ ਪਿਛਲੇ ਸਮੇਂ ਦੌਰਾਨ ਸਰਦਾਰ ਤਲਬੀਰ ਸਿੰਘ ਗਿੱਲ ਹੋਣਾਂ ਵੱਲੋਂ ਬਹੁਤ ਹੀ ਵਧੀਆ ਕੰਮ ਕੀਤੇ ਜਾ ਰਹੇ ਹਨ। ਅਸੀਂ ਅੱਜ ਇਸ ਤਹਿਤ ਦੀ ਅੱਜ ਜਿਹੜੀ ਵਾਰਡ 'ਚ ਮੀਟਿੰਗ ਕਰਾਈ ਆ, ਤਕੜੇ ਹੋ ਕੇ ਸਾਰੇ ਵੀਰ ਨੌਜਵਾਨ ਮੇਰੀਆਂ ਮਾਵਾਂ ਭੈਣਾਂ ਨੇ ਇੱਥੇ ਮੀਟਿੰਗ ਦੇ ਵਿੱਚ ਪਹੁੰਚ ਕੇ ਬਹੁਤ ਹੀ ਵੱਡਾ ਸਾਡਾ ਹੌਸਲਾ ਅਫਜ਼ਾਈ ਕੀਤਾ।